ਕੋਰੋਨਾ ਵਰਗੀ ਮਹਾਮਾਰੀ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਾਕਿਆਂ ਉੱਤੇ ਖੜੇ ਪੁਲਿਸ ਮੁਲਾਜ਼ਮਾਂ ਨਾਲ ਅਪਰਾਧਕ ਪ੍ਰਵਿਰਤੀ ਵਾਲੇ ਅਤੇ ਰਸੂਖਦਾਰ ਲੋਕਾਂ ਦਾ ਗਲਤ ਵਿਹਾਰ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਮਾਤਾ ਰਾਣੀ ਚੌਂਕ ਵਿੱਚ ਸਾਹਮਣੇ ਆਇਆ, ਜਿੱਥੇ ਕਿ ਨਾਕੇ ਉੱਤੇ ਖੜੇ ਸਬ ਇੰਸਪੈਕਟਰ ਭੂਸ਼ਣ ਕੁਮਾਰ ਨਾਲ ਇੱਕ ਰਸੂਖਦਾਰ ਵਿਅਕਤੀ ਨੇ ਨਾ ਸਿਰਫ ਅਭੱਦਰ ਵਿਹਾਰ ਕੀਤਾ ਬਲਕਿ ਉਸਨੇ ਆਪਣੀ ਗੱਡੀ ਉਸਦੇ ਪੈਰ ਉੱਪਰ ਵੀ ਚੜਾ ਦਿੱਤੀ। ਇਸ ਬਾਰੇ ਗੱਲਬਾਤ ਕਰਦਿਆਂ ਜ਼ਖਮੀ ਸਬ ਇੰਸਪੈਕਟਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚੱਲਦਿਆਂ ਉਹ ਮਾਤਾ ਰਾਣੀ ਚੌਂਕ ਵਿਖੇ ਨਾਕੇ ਉੱਤੇ ਖੜਾ ਸੀ ਕਿ ਇਸ ਦੌਰਾਨ ਇੱਕ ਵਿਅਕਤੀ ਗੱਡੀ ਲੈ ਕੇ ਆਇਆ ਜਿਸਨੇ ਕਿ ਬੈਲਟ ਨਹੀਂ ਲਗਾਈ ਹੋਈ ਸੀ। ਜਦ ਉਸਨੇ ਇਸ ਵਿਅਕਤੀ ਨੂੰ ਰੋਕ ਕੇ ਬੈਲਟ ਨਾ ਲਾਉਣ ਦਾ ਕਾਰਨ ਪੁੱਛਿਆ ਤਾਂ ਉਹ ਇਲਾਕੇ ਦੇ ਵਿਧਾਇਕ ਦਾ ਜਾਣਕਾਰ ਹੋਣ ਦੀ ਧਮਕੀ ਦੇਣ ਲੱਗਾ ਅਤੇ ਆਪਣੀ ਗੱਡੀ ਉਸਦੇ ਪੈਰ ਉੱਪਰ ਚੜਾ ਕੇ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਮੈਂ ਮਾਤਾ ਰਾਣੀ ਚੌਂਕ ਦੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਬੰਧ ਵਿੱਚ ਆਰਜ਼ੀ ਤੌਰ 'ਤੇ ਨਾਕੇ 'ਤੇ ਲੱਗਾ ਸੀ। ਅੱਜ ਵਕਤ ਕਰੀਬ 1 ਵਜੇ ਦਾ ਹੋਵੇਗਾ ਕਿ ਇੱਕ ਜਿਹੜੀ ਗੱਡੀ ਹੈ PB08DX 086DX8601 ਰੰਗ ਚਿੱਟਾ ਜਿਹਨੂੰ ਮੋਨਾ ਨੌਜਵਾਨ ਚਲਾ ਰਿਹਾ ਸੀ ਨਾਕੇ ਤੋਂ ਕ੍ਰੋਸ ਕਰਨ ਲੱਗਾ ਅਤੇ ਇਹਨੂੰ ਮੈਂ ਰੋਕਿਆ ਅਤੇ ਜਿਸ ਨੇ ਬੈਲਟ ਨਹੀਂ ਸੀ ਲਗਾਈ ਹੋਈ, ਜਿਸ ਨੂੰ ਪੁੱਛਿਆ ਵੀ ਹਾਂ ਸ਼੍ਰੀਮਾਨ ਜੀ ਤੁਸੀਂ ਬੈਲਟ ਨਹੀਂ ਲਗਾਈ, ਆਪਣੇ ਕਾਗਜ਼ ਦਿਖਾਓ। ਜਿਹੜਾ ਮੈਨੂੰ ਧਮਕਿਆਂ ਦੇਣ ਲੱਗ ਪਿਆ, ਤੂੰ ਮੈਨੂੰ ਜਾਣਦਾ ਨਹੀਂ, ਮੈਨੂੰ ਜੁਲਕਾ ਕਹਿੰਦੇ ਆ ਅਤੇ ਜੁਲਕਿਆਂ ਵਾਲੇ ਟੱਕਰ ਲੈਣ ਵਾਲੇ ਜਿਹੜੇ ਇੱਥੇ ਮਸ਼ਹਿਰ 'ਚ ਰਹਿਣ ਨਹੀਂ ਦਿੱਤੇ ਅਤੇ MLA ਸਾਹਿਬ ਮੇਰੇ ਖਾਸ ਨੇ, ਐਵੇਂ ਕਿਤੇ ਪੰਗਾ ਲੈ ਕੇ ਨਾ ਅਤੇ ਬਹੁਤ ਭੁਗਤਾਂ ਔਖਾ ਹੋ ਜੂ ਤੈਨੂੰ। ਜਿਹਨੂੰ ਮੈਂ ਰਸ ਸਮਝਾਇਆ ਕਾਕਾ ਜੀ ਮੈਂ ਤੁਹਾਨੂੰ ਕਾਗਜ਼ ਮੰਗ ਰਿਹਾ, ਮੈਂ ਤੁਹਾਨੂੰ ਗਲਤ ਨਹੀਂ ਕਹਿ ਰਿਹਾ, ਤੁਸੀਂ ਬੈਲਟ ਨਹੀਂ ਲਾਈ ਉਹਨਾਂ ਕੰਮ ਕਰੋ ਜਿੰਨਾ ਕਰਨ ਦਾ ਕਹਿ ਰਿਹਾ, ਲੇਕਿਨ ਉਹਨੇ ਦਰਦੋ ਗੇਅਰ ਪਾਇਆ ਤਾਂ ਗੱਡੀ ਅਗਾਂਹ ਤੋਰ ਲਈ, ਜਿਹੜੀ ਕਿ ਮੇਰੇ ਸੱਜੇ ਪੈਰ ਦੇ ਉੱਪਰ ਚੜ੍ਹ ਗਈ ਅੰਗੂਠਾ ਅਤੇ ਜਿਹੜੀ ਵੱਡੀ ਉਂਗਲ ਆ ਉਹ 'ਤੇ ਕਾਫੀ ਸਵੈਲਿੰਗ ਆਈ ਹੈ ਅਤੇ ਮੈਂ ਸਿਵਲ ਹਸਪਤਾਲ ਆਣ ਕੇ ਮੇਰੇ ਨਾਲ ਸਾਥੀ ਹਰਵਿੰਦਰ ਸਿੰਘ ਨੇ ਮੈਨੂੰ ਇੱਥੇ ਲਿਆਂਦਾ ਦਾ ਇਲਾਜ ਵਾਸਤੇ, ਜਿੱਥੇ ਡਾਕਟਰ ਸਾਹਿਬ ਨੇ ਮੇਰਾ ਇਲਾਜ ਕਰਕੇ ਅਤੇ ਮੈਨੂੰ MRI ਕੱਟ ਕੇ ਦਿੱਤੀ ਹੈ ਜੀ। ਡਾਕਟਰ ਸਾਹਿਬ ਨੇ ਕੀ ਦੱਸਿਆ ਕਿ ਕਿੰਨੀ ਕੁ ਇੰਜਰੀ ਹੈਗੀ ਹੈ? ਡਾਕਟਰ ਸਾਹਿਬ ਨੇ ਸਵੈਲਿੰਗ ਦੱਸੀ ਹੈ ਕਾਫੀ ਹੈ, ਲੇਕਿਨ ਐਕਸਰਾ ਐਡਵਾਈਜ਼ ਕੀਤੀ ਹੈ, ਉਹ ਕੱਲ੍ਹ ਨੂੰ ਐਕਸਰਾ ਜਿਹੜਾ ਛੁੱਟੀ ਹੋਣ ਕਰਕੇ ਨਹੀਂ ਹੋ ਸਕਦਾ, ਕੱਲ੍ਹ ਨੂੰ ਹੋਵੇਗਾ ਅਤੇ ਜੋ ਐਕਸਰਾ ਰਿਪੋਰਟ ਆਵੇਗੀ ਉਸ ਤੋਂ ਅਗਲੀ ਕਾਰਵਾਈ ਜਾ ਰਿਹਾ ਕਿ ਇਸ ਮਾਹੌਲ ਦੇ ਵਿੱਚ ਜਿੱਦਾਂ ਪੁਲਿਸ ਆਪਣੀ ਡਿਊਟੀ ਬੜੀ ਮੁਸਤੈਦੀ ਨਾਲ ਕਰ ਰਹੀ ਹੈ ਅਤੇ ਬਹੁਤ ਵਧੀਆ ਡਿਊਟੀ ਕਰ ਰਹੀ ਹੈ, ਉਸ ਤੋਂ ਬਾਵਜੂਦ ਇੱਦਾਂ ਦੇ ਕੇਸ ਜਿਹੜੇ ਹੈਗੇ ਸਾਹਮਣੇ ਕਈ ਆ ਚੁੱਕੇ ਆ, ਤੁਹਾਡੇ ਨਾਲ ਵੀ ਹੁਣ ਹੋਇਆ ਅਤੇ ਕੀ ਐਕਸ਼ਨ ਤੁਸੀਂ ਲੈਣਾ ਚਾਹੋਗੇ ਅਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨਾਲ? ਮੈਂ ਆਪਣੇ ਸੀਨੀਅਰ ਅਫਸਰਾਂ ਦੇ ਨੋਟਸ ਵਿੱਚ ਸਾਰੀ ਗੱਲ ਲੈਂਦੀ ਹੈ ਜੀ, ਆਪਣੇ SHO ਸਾਹਿਬ ਭਾਰੂ ਕੈਂਪ, DSP ਵੈਸਟ ਸਾਹਿਬ, ਮੇਰੇ ਜਿਹੜੇ ਵੈਸੇ ਮੇਰੇ ਨਾਕੇ ਦੇ ਇੰਚਾਰਜ ਨੇ ਸ਼੍ਰੀ ਕਾਲੂ ਸਾਹਿਬ, ADCP CD2 ਸਾਹਿਬ ਨੂੰ ਅਤੇ SP ਹੈੱਡਕੁਆਰਟਰ ਸਾਹਿਬ ਦੇ ਨੋਟਸ ਸਾਰੀ ਗੱਲ ਲੈਂਦੀ ਹੈ ਅਤੇ ਬਾਕੀ ਉਹਨਾਂ ਕਿਹਾ ਵੀ ਆਪ ਮੈਂ CP ਸਾਹਿਬ ਨਾਲ ਗੱਲ ਕਰਕੇ ਅਗਲੀ ਕਾਰਵਾਈ ਜਿਹੜੀ ਆਉਣ 'ਚ ਲਿਆਵਾਂ। ਜਿੱਦਾਂ ਕਿ ਤੁਸੀਂ ਦੱਸਿਆ ਕਿ ਉਹ ਬੰਦਾ ਆਪਣੇ ਆਪ ਨੂੰ ਨੋਨ ਦੱਸ ਰਿਹਾ ਸੀਗਾ, ਕਾਫੀ ਪਹੁੰਚ ਦੱਸ ਰਿਹਾ ਸੀਗਾ ਅਤੇ ਹੁਣ ਜਿਹੜਾ ਕਿ ਸਾਹਮਣੇ ਆ ਰਿਹਾ ਮਾਹੌਲ ਕਿ ਉਹਨਾਂ ਨੇ ਆਪਣੀ ਪਹੁੰਚ ਜਿਹੜੀ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਾਫੀ ਪ੍ਰੈਸ਼ਰ ਬਣਿਆ ਹੋਇਆ ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੇ ਆਪਣੀ ਪਹੁੰਚ ਦਿਖਾਉਂਦੇ ਹੋਏ ਮੇਰਾ ਮਾਤਾ ਰਾਣੀ ਤੋਂ ਨਾਕੇ ਤੋਂ ਜਿਹੜਾ ਯਕਨਮ ਮੇਰਾ ਨਾਕਾ ਚੇਂਜ ਕਰਕੇ ਵਡਾਲ ਚੌਂਕ ਕਰਤਾ, ਜਿਹੜਾ ਬਾਅਦ 'ਚ ਮੈਂ ਡਿਪਟੀ ਸਾਹਿਬ ਨਾਲ ਗੱਲ ਕੀਤੀ, ਹਾਂ ਵੀ ਤੁਸੀਂ ਮੇਰੇ ਨਾਲ ਪਹਿਲਾਂ ਵੀ ਧੱਕਾ ਆਇਆ, ਹੁਣ ਵੀ ਧੱਕਾ ਹੋ ਰਿਹਾ, ਜਿਹਨਾਂ ਨੇ ਦੁਬਾਰਾ ਮੈਨੂੰ ਵਾਪਸ ਕਿਹਾ ਵੀ ਆਪਣੇ ਜਿਹੜੇ ਮੁਲਾਜ਼ਮ ਨਾਕੇ ਦਿੱਤੇ ਹੋਏ। ਕਿੰਨੇ ਆਰਡਰ ਦਿੱਤੇ ਆ ਤੁਹਾਡਾ ਜਿਹੜਾ ਨਾਕਾ ਚੇਂਜ ਕੀਤਾ ਹੈ, ਕਿੰਨੇ ਆਰਡਰ ਦਿੱਤੇ? ACP ਵੈਸ ਸਾਹਿਬ ਨੇ ਆਪਣਾ ਨਾਕਾ ਮੇਰਾ ਚੇਂਜ ਕਰਾਇਆ ਸੀਗਾ, ਜਿਹਨਾਂ ਨੇ ਬਾਅਦ 'ਚ ਵਿੱਚ ਮੈਨੂੰ ਫੋਨ ਕੀਤਾ ਵੀ ਆਪਣਾ ਨਾਕਾ ਜਿਹੜਾ ਦੁਬਾਰਾ ਤੁਸੀਂ ਮਾਤਾ ਚੌਂਕ ਆ ਜਾਓ, ਅਤੇ ਮੈਂ ਆਪਣੇ ਦੂਸਰੇ ਮੁਲਾਜ਼ਮਾਂ ਨੂੰ ਫੋਨ ਕਰਤਾ ਵੀ ਆਪਣੇ ਮਾਤਾ ਚੌਂਕ ਦੁਬਾਰਾ ਨਾਕ 'ਤੇ ਆ ਜਾਓ। ਕਿਹੜੇ MLA ਦਾ ਨਾਮ ਲੈ ਰਿਹਾ ਸੀ ਉਹ? ਉਹਦੇ MLA ਸਾਹਿਬ ਜਿਹੜੇ ਹੈਗੇ ਨੇ ਰਿੰਕੂ ਸਾਹਿਬ ਨੇ, ਉਹਨਾਂ ਨਾਮ ਨਹੀਂ ਦੱਸਿਆ ਸੀਗਾ, ਇਹਦਾ ਮੇਰੇ ਰਿਸ਼ਤੇਦਾਰ ਨੇ ਅਤੇ ਮੈਂ ਤੁਹਾਨੂੰ ਦੱਸੂਗਾ ਵੀ ਹਾਂ ਮੇਰਾ ਕਿੱਥੇ ਤੱਕ ਪਹੁੰਚ ਹੈਗੀ ਹੈ। ਜਿਹੜਾ ਕਿ ਹੁਣ ਤੁਸੀਂ ਦੱਸਿਆ ਕਿ ਜਿੱਦਾਂ ਪ੍ਰੈਸ਼ਰ ਬਣ ਰਿਹਾ ਅਤੇ ਹੁਣ ਤੁਸੀਂ ਕੀ ਇਹਦੇ ਬਾਰੇ ਕੀ ਸੋਚਦੇ ਹੋ, ਅੱਗੇ ਕੀ ਜਿਹੜਾ ਹੈਗਾ ਐਕਸ਼ਨ ਲਿੱਤਾ ਜਾਏਗਾ? ਇਹਦੇ ਵਿੱਚ ਸਾਰੀ ਜਿਹੜੀ ਹੈਗੀ ਗੱਲ ਮੈਂ ਆਪਣਾ ਸੀਨੀਅਰ ਅਫਸਰਾਂ ਦੇ ਨੋਟਸ ਲਿਆ ਦਿੱਤੀ ਹੈ ਜੀ, ਅਤੇ ਬਾਕੀ ਜਿਸ ਤਰ੍ਹਾਂ ਮੇਰੇ ਅਫਸਰ ਕਹਿੰਦੇ ਮੈਂ ਉਹਨਾਂ ਨਾਲ ਹਾਂ ਜੀ। ਠੀਕ ਹੈ ਜੀ।